ਸਿੰਘ ਇਸ ਸਮੇ ਇੱਕ ਮਾਮਲਾ ਪੱਖਿਆ ਹੋਇਆ ਆਪ ਸਭ ਨੂੰ ਪਤਾ ਹੀ ਹੈ ਵੀ ਸੋਨੀ ਮਾਨ ਦੇ ਘਰ ਦੇ ਬਾਹਰ ਕੱਲ 5 ਵਜੇ ਫਾਇਰਿੰਗ ਹੁੰਦੀ ਆ ਤੇ ਉਹ ਇਲਜ਼ਾਮ ਲਗਾਉਂਦੀ ਆ ਦੋਸ਼ ਲਗਾਉਂਦੀ ਆ ਲੱਖਾ ਸਿਧਾਣਾ ਤੇ ਕਿਉਂਕਿ ਉਸਨੇ ਇੱਕ ਗਾਣਾ ਕੱਢਿਆ ਸੀ ਉਸ ਗਾਣੇ 'ਚ ਕਾਫੀ ਸ਼ਬਦ ਇਹੋ ਜਿਹੇ ਵਰਤੇ ਗਏ ਸਨ ਅਤੇ ਵੀਡੀਓ ਵੀ ਜ਼ਰੂਰ ਲੱਖਾ ਸਿਧਾਣਾ ਦੀ ਦਿਖਾਈ ਗਈ ਸੀ ਉਹ ਸਿੰਘੂ ਮੋਰਚੇ ਦੀ ਵੀਡੀਓ ਸੀਗੀ ਅਤੇ ਵੀਡੀਓ ਦੇ ਵਿੱਚ ਜ਼ਰੂਰ ਉਸ ਨੂੰ ਬਲਰ ਕਰਕੇ ਦਿਖਾਇਆ ਗਿਆ ਸੀ ਪਰ ਲੋਕਾਂ ਨੂੰ ਜ਼ਰੂਰ ਪਤਾ ਲੱਗ ਗਿਆ ਸੀ ਵੀ ਉਹ ਲੱਖਾ ਸਿਧਾਣਾ ਹੀ ਆ ਉਸ ਤੋਂ ਬਾਅਦ ਉਹਨੇ ਕਿਹਾ ਵੀ ਮੈਨੂੰ ਕਾਫੀ ਥ੍ਰੈਟ ਕਾਲਸ ਆ ਰਹੀਆਂ ਸੀ ਮੈਨੂੰ ਕਿਹਾ ਜਾ ਰਿਹਾ ਸੀ ਵੀ ਇਸ ਨੂੰ ਡਿਲੀਟ ਕਰੋ ਹੁਣ ਸਭ ਤੋਂ ਵੱਡੀ ਅਸਤੇ ਅਪਡੇਸ਼ਨ ਆ ਵੀ ਲੱਖਾ ਸਿਧਾਣਾ ਤੇ ਤੇ ਪਰਚਾ ਦਰਜ ਹੋ ਚੁੱਕਾ ਹੈ ਲਕਸਤਾੜਾਂ ਦੇ ਨਾਲ ਨਾਲ 15 ਹੋਰ ਸਾਥੀਆਂ ਦੇ ਪਰਚਾ ਦਰਜ ਕੀਤਾ ਗਿਆ ਹੁਣ ਤੁਹਾਨੂੰ ਪੂਰੀ ਧਰਾਵਾਂ ਵੀ ਦੱਸ ਦਿੰਦੇ ਆ ਵੀ ਕਿਸ ਕਿਸ ਧਰਾਵਾਂ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਤੁਹਾਨੂੰ ਇਹ ਵੀ ਗੱਲ ਦੱਸ ਦਈਏ ਆਰਮਸ ਐਕਟ 25 ਅਤੇ 27 ਵੀ ਲਗ ਚੁੱਕਾ ਹੈ ਉਸ ਤੋਂ ਬਾਅਦ 452 307 1506 148 ਅਤੇ 149 ਦੇ ਤਹਿਤ ਪਰਚਾ ਦਰਜ ਕੀਤਾ ਗਿਆ ਤੇ 15 ਹੋਰ ਵਿਅਕਤੀਆਂ ਤੇ ਜੋ ਉਸ ਦੇ ਲਖਾ ਸਿਧਾਨਾ ਦੇ ਸਾਥੀ ਹਨ ਉਹਨਾਂ ਤੇ ਪਰਚਾ ਦਰਜ ਕੀਤਾ ਗਿਆ ਤੇ ਕੱਲ ਦੀ ਤੁਹਾਨੂੰ ਉਹ ਤਸਵੀਰਾਂ ਸਭ ਨੇ ਦੇਖੀਆਂ ਹੋਣਗੀਆਂ ਕਿ ਕਿਸ ਹਸਾਮਲਾ ਸੋਨੀ ਮਾਨ ਦੇ ਘਰ ਦੇ ਬਾਹਰ ਜੋ ਹੈ 12 ਰਾਊਂਡ ਫਾਇਰ ਕੀਤੇ ਜਾਂਦੇ ਆ ਜੋ ਰੰਦੀਰ ਬਾਟ ਨੇ ਉਹ ਵੀ ਉਹਨਾਂ ਦੇ ਕਹਿ ਸਕਦੇ ਆ ਪ੍ਰੋਡਿਊਸਰ ਨੇ ਜਿਹੜੀ ਕੰਪਨੀ ਆ ਉਹਨਾਂ ਦੇ ਕਿਹਾ ਜਾਂਦਾ ਵੀ ਫਾਇਰਿੰਗ ਕੀਤੀ ਗਈ ਹੈ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਸਾਡੇ ਮਾਪਿਓ ਜਿਹੜੇ ਬਾਹਰ ਸੀਗੇ ਅਤੇ ਫਾਇਰਿੰਗ ਕੀਤੀ ਜਾਂਦੀ ਹੈ ਤੇ ਸਭ ਤੋਂ ਵੱਡੀ ਖਬਰ ਇਸ ਸਮੇਂ ਤੁਸੀਂ ਸਕਰੀਨ ਤੇ ਜ਼ਰੂਰ ਤਸਵੀਰਾਂ ਵੀ ਦੇਖ ਰਹੇ ਹੋਵਗੇ ਵੀ ਕਿਸੇ ਹਿਸਾਬ ਨਾਲ ਪਹਿਲਾ ਘਰ ਦੇ ਬਾਹਰ ਫਾਇਰਿੰਗ ਹੁੰਦੀ ਹੈ ਘਰ ਦੇ ਬਾਹਰ ਤੁਹਾਨੂੰ ਵੀ ਸੀਸੀਟੀਵੀ ਫੁਟੇਜ ਵੀ ਦਿਖਾਈ ਸੀ ਵੀ ਕਿਸੇ ਹਿਸਾਬ ਨਾਲ ਲੋਕ ਉੱਥੇ ਪਹੁੰਚਦੇ ਹਨ ਬਾਹਰ ਪਹਿਲਾਂ ਪੂਰੀ ਪਲੈਨਿੰਗ ਬਣਾਈ ਜਾਂਦੀ ਹੈ ਉਸ ਤੋਂ ਬਾਅਦ ਫਾਇਰਿੰਗ ਕੀਤੀ ਜਾਂਦੀ ਹੈ 12 ਰਾਊਂਡ ਫਾਇਰ ਹੋਈ ਸੀ ਅਤੇ ਐਫਆਈਆਰ ਦੀਆਂ ਵੀ ਤੁਹਾਨੂੰ ਤਸਵੀਰਾਂ ਦਿਖਾ ਸਕਦੇ ਹਨ ਜਿਹਾ ਦਿਖਾ ਦਿੰਦੇ ਆ ਤਰਨਤਰਾ ਵਿੱਚ ਇਹ ਮਾਮਲਾ ਦਰਜ ਕੀਤਾ ਗਿਆ ਤਰਨਤਰਾ ਇਹ ਮਾਮਲਾ ਦਰਜ ਹੋਇਆ ਅਤੇ 15 ਲੋਕਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਆ ਤੇ ਤੁਹਾਨੂੰ ਪਤਾ ਹੀ ਆ ਵੀ ਇੱਕ ਲਾਈਨ ਜੋ ਵਰਤੀ ਸੀ ਉਹਨੇ ਕਿਹਾ ਸੀ ਕਿ ਗੁਰੂ ਦੇ ਸਿੰਘਾ ਤੋਂ ਜਿਹੜੇ ਲੀਡਰ ਨੇ ਜਿਹੜੇ ਕੋ ਨਵੇਂ ਮੋਂਨੇ ਨੇ ਉਹ ਹਿਸਾਬ ਲਾਉਂਦੇ ਨੇ ਪੱਗਾ ਲੋਹਾ ਕੇ ਹਿਸਾਬ ਲੈਂਦੇ ਨੇ ਅਤੇ ਸਿੰਘੂ ਮੋਰਚ ਦੀਆਂ ਤਸਵੀਰਾਂ ਸਾਹਮਣੂ ਪਤਾ ਹੀ ਹੋਣਗੀਆਂ ਜਦੋਂ ਨਿਹੰਗ ਸਿੰਘ ਦੀ ਦਸਤਾਰ ਉੱਥੇ उतारी ਗਈ ਸੀ ਅਤੇ ਕਿਹਾ ਗਿਆ ਸੀ ਇਹ ਨਕਲੀ ਜੋ ਨਿਹੰਗ ਹੈ ਪਰ ਉਸ ਤੋਂ ਬਾਅਦ ਪਤਾ ਲੱਗਿਆ ਵੀ ਅਸਲੀ ਨਿਹੰਗ ਸੀ ਉਹਨੇ ਕੁਝ ਦੇਰ ਪਹਿਲਾਂ ਹੀ ਅੰਮ੍ਰਿਤ ਛਕਿਆ ਸੀਗਾ ਤੇ ਉਸ ਤੋਂ ਬਾਅਦ ਉਹਨੇ ਇਹ ਵੀ ਗੱਲ ਕਹੀ ਸੀ ਵੀ ਰੱਬ ਜਾਣੀ ਜਾਣਾ ਵਾਹਿਗੁਰੂ ਜਾਣੀ ਜਾਣਾ ਜੋ ਹੋਏਗਾ ਵਾਹਿਗੁਰੂ ਆਪ ਕਰੇਗਾ ਆਪਾਂ ਕਿਸ ਤੋਂ ਬਦਲਾ ਨਹੀਂ ਲਵਾਂਗੇ ਪਰ ਉਸ ਤੋਂ ਬਾਅਦ ਸੋਨੀਮਾਨ ਗਾਣਾ ਗਾਣਦੀ ਉਸ ਤੋਂ ਬਾਅਦ ਵਾਰ-ਵਾਰ ਕਿਹਾ ਜਾਂਦਾ ਥ੍ਰੈਟ ਕਾਲਸ ਆਈਆਂ ਨੇ ਤੇ ਹੁਣ ਪਰਚਾ ਦਰਜ ਹੋ ਚੁੱਕਾ ਆ ਤੇ 15 ਲੋਕਾਂ ਦੇ ਬਕਾਇਦਾ ਨਾਮ ਦੇ ਤਹਿਤ ਤਾਂ ਦੱਸਦੀਆਂ ਨਾਮ ਲਿਖ ਕੇ ਜੋ ਪਰਚਾ ਦਰਜ ਕੀਤਾ ਗਿਆ ਨਾਮ ਵੀ ਇਸ ਵਿੱਚ ਮੈਂਸ਼ਨ ਕੀਤੇ ਗਏ ਨਾ ਤੇ ਤਰਨਤਾਰਨ ਦੇ ਵਿੱਚ ਇਹ ਪਰਚਾ ਸਿਟੀ ਤਰਨਤਾਰਨ ਦੇ ਵਿੱਚ ਇਹ ਪਰਚਾ ਦਰਜ ਕੀਤਾ ਗਿਆ ਥਾਣੇ ਦੇ ਅਲੱਗ-ਅਲੱਗ ਤੋਂ ਦੱਸਦੀ ਆ ਵੀ ਪ੍ਰੋਪਰ 15 ਬੰਦਿਆਂ ਤੇ ਪਰਚਾ ਦਰਜ ਹੋ ਚੁੱਕਾ ਹੈ ਸੋ ਗੱਲ ਇਹ ਆ ਲੱਖਾ ਸਿਧਾਨਾ ਤੇ ਪਰਚਾ ਦਰਜ ਹੁੰਦਾ ਇਸ ਤੋਂ ਬਾਅਦ ਜ਼ਰੂਰ ਲੱਖਾ ਸਿਧਾਨਾ ਵੀ ਆਪਣਾ ਸਪਸ਼ਟੀਕਰਨ ਦਿੰਦਾ ਉਹ ਕਹਿੰਦਾ ਮੇਰੇ ਤੇ ਜ਼ਰੂਰ ਇਹੋ ਜਿਹੇ ਵਾਰ ਹੁੰਦੇ ਰਹਿੰਦੇ ਅਕਸਰ ਹੀ ਮੇਰੇ ਤੇ ਵਾਰ ਹੋ ਜਾਂਦੇ ਨੇ ਕਿਉਂਕਿ ਮੇਰਾ ਬੈਕਗ੍ਰਾਉਂਡ ਇਹੋ ਜਿਹਾ ਸੀਗਾ ਪਰ ਹੁਣ ਮੈਂ ਇਹੋ ਜਿਹਾ ਕੋਈ ਵੀ ਕੰਮ ਨਹੀਂ ਕੀਤਾ ਇਸ ਵਿੱਚ ਮੇਰਾ ਵੀ ਕਿਸੇ ਪ੍ਰਕਾਰ ਦਾ ਹੱਥ ਨਹੀਂ ਆ ਸੋਨੀਮਾਨ ਇੱਕ ਵੀਡੀਓ ਇੱਕ ਫੋਟੋ ਵੀ ਜੋ ਹੈ ਨਸ਼ਰ ਵੀ ਕਰਦੀ ਆ ਤੇ ਕਹਿੰਦੀ ਆ ਵੀ ਇਹ ਬੰਦਾ ਸਾਡੇ ਘਰ ਦੇ ਬਾਹਰ ਸੀ ਅਤੇ ਇਹ ਲੱਖੇ ਦਾ ਬੰਦਾ ਆ ਤੇ ਬਾਰ-ਬਾਰ ਸਾਨੂੰ ਥ੍ਰੈਟ ਕਾਲਸ ਵੀ ਆ ਰਹੀਆਂ ਹਨ ਉਸ ਤੋਂ ਬਾਅਦ ਗੱਲਬਾਤ ਵੀ ਕੀਤੀ ਜਾਂਦੀ ਹੈ ਕਾਨਫਰੰਸ ਕਾਫੀ ਗੱਲ ਹੈ ਬਈ ਕਾਨਫਰੰਸ ਕਾਲਸ ਵੀ ਸਾਹਮਣੇ ਆਉਂਦੀਆਂ ਹਨ ਤੇ ਰੰਦੀਰ ਦੀ ਜੋ ਰੰਦੀਰ ਬਾੜ ਦੀ ਸੋਨੀ ਮਾਨ ਦੀ ਅਤੇ ਲੱਖਾ ਸਿਧਾਣੇ ਦੀ ਜੋ ਤੁਹਾਨੂੰ ਪਤਾ ਹੀ ਹੈ ਵੀ ਵੌਇਸ ਕਾਲ ਵੀ ਸਾਹਮਣੇ ਆਉਂਦੀ ਹੈ ਉਹ ਵੀ ਜ਼ਰੂਰ ਅਸੀਂ ਨਸ਼ਰ ਕੀਤੀ ਸੀ ਜਿਸ ਵਿੱਚ ਉਹ ਕਹਿੰਦਾ ਹੁੰਦਾ ਵੀ ਤੂੰ ਇਸ ਨੂੰ ਡਿਲੀਟ ਕਰ ਦਵੇ ਲੱਖਾ ਸਿਧਾਣਾ ਉਸ ਨੂੰ ਕਹਿੰਦਾ ਹੁੰਦਾ ਸੋਨੀ ਮਾਨ ਨੂੰ ਵੀ ਇਸ ਨੂੰ ਡਿਲੀਟ ਕਰ ਦਵੋ ਕਿਉਂਕਿ ਤੁਸੀਂ ਮੇਰੀ ਜੋ ਹੈ ਵੀਡੀਓ ਦਿਖਾਈ ਆ ਤੇ ਤੁਹਾਨੂੰ ਸਿੱਧੀ ਤਰ੍ਹਾਂ ਇਸ ਨੂੰ ਡਿਲੀਟ ਕਰ ਦਿਓ ਨਹੀਂ ਤਾਂ ਕਿਸੇ ਹੋਰ ਤਰੀਕੇ ਨਾਲ ਵੀ ਡਿਲੀਟ ਕਰਵਾਵਾਂਗੇ ਅਤੇ ਸਭ ਤੋਂ ਵੱਡੀ ਗੱਲ ਐ ਮੈਂ ਹੁਣ ਪਰਚਾ ਦਰਜ ਹੋ ਚੁੱਕਾ ਹੈ ਆ ਪਰਚਾ ਦਰਜ ਕੀਤਾ ਗਿਆ ਤੇ 12 ਰਾਊਂਡ ਫਾਇਰ ਉੱਥੇ ਕੀਤੇ ਗਏ ਸੀਗੇ ਅਤੇ ਹੁਣ ਸਭ ਤੋਂ ਵੱਡੀ ਖਬਰ ਇਹ ਹੀ ਆ ਲਖਾ ਸਿਧਾਨ ਨੇ ਇਹ ਵੀ ਗੱਲ ਸਵੇਰੇ ਲਾਈਵ ਹੋ ਕੇ ਕਹੀ ਸੀ ਵੀ ਮੈਂ ਸਿੰਘੂ ਮੋਰਚੇ ਤੇ ਪਹਿਲੇ ਦਿਨ ਤੋਂ ਹੀ ਐਕਟਿਵ ਰਿਹਾ ਅਤੇ ਮੈਂ ਹੁਣ ਐਲਾਨ ਵੀ ਕਰ ਦਿੱਤਾ ਮੈਂ ਇਲੈਕਸ਼ਨਸ ਲੜੂੰਗਾ ਐਲਾਨ ਕਰ ਦਿੱਤਾ ਇਸ ਕਰਕੇ ਮੇਰੇ ਖਿਲਾਫ ਸਾਜ਼ਿਸ਼ ਰਚੀਆਂ ਜਾ ਰਹੀਆਂ ਨੇ ਮੇਰੇ ਖਿਲਾਫ ਇਹ ਸਾਰਾ ਕੁਝ ਪਲੈਨਿੰਗ ਕੀਤਾ ਗਿਆ ਵੈਲ ਪਲਾਨਡ ਪਨਾ ਕੀਤਾ ਗਿਆ ਸੀ ਪਹਿਲਾਂ ਗਾਣਾ ਲਾਂਚ ਕੀਤਾ ਗਿਆ ਉਸ ਤੋਂ ਬਾਅਦ ਇਹ ਚੀਜ਼ਾਂ ਸਭ ਕੁਝ ਕੀਤਾ ਜਾ ਰਿਹਾ ਹੈ ਜਾਣ ਕੇ ਕੀਤਾ ਜਾ ਰਿਹਾ ਕਿਉਂਕਿ ਮੈਂ ਇਲੈਕਸ਼ਨਸ ਲੜਨ ਜਾ ਰਿਹਾ ਤੇ ਸਰਕਾਰਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਸਰਕਾਰਾਂ ਨੂੰ ਇਹ ਗੱਲ ਹਜ਼ਮ ਨਹੀਂ ਹੁੰਦੀ ਜਿਸ ਕਰਕੇ ਹੁਣ ਇਹ ਗੱਲ ਕਹਿ ਦਿੱਤੀ ਇਹ ਗੱਲ ਸਨਾਨ ਨੇ ਸਰੇ ਲਾਈਵ ਹੋ ਕੇ ਗਈ ਸੀ ਹੁਣ 15 ਵਿਅਕਤੀਆਂ ਤੇ ਪਰਚਾ ਦਰਜ ਹੋ ਗਿਆ ਤੇ ਆਮ ਸੈਕਟਰ ਦੇ ਅਧੀਨ ਵੀ ਇਹ ਪਰਚਾ ਦਰਜ ਕੀਤਾ ਗਿਆ ਭਾਜੀ ਮੇਰਾ ਗਾਣਾ ਆਇਆ ਸੀ 5 ਤਰੀਕ ਨੂੰ ਸੁਣ ਤਤਾ ਤਤਾ ਉਸ ਤੋਂ ਬਾਅਦ ਉਹ ਗਾਣੇ ਤੋਂ ਬਾਅਦ ਅਸੀਂ ਚੈਨਲ ਨਹੀਂ ਸੁੱਤੇ ਸਾਨੂੰ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਗਾਣਾ ਡਿਲੀਟ ਕਰ ਦਿਓ ਅਸੀਂ ਕਿ ਗਾਣਾ ਕਿੱਦਾਂ ਡਿਲੀਟ ਕਰ ਦਈਏ ਉਹ ਕਹਿੰਦੇ ਤੁਹਾਨੂੰ ਕਰਨਾ ਹੀ ਪੈਣਾ ਇੱਕ ਫਰੈਂਡ ਸੀਗੇ ਇਹਨਾਂ ਦੇ ਵੀ ਤੇ ਇੱਕ ਲੱਖੇ ਸਿਧਾਣੇ ਨੂੰ ਵੀ ਜਾਣਦਾ ਸੀ ਉਹ ਬੰਦਾ ਵਿੱਚ ਫੋਨ ਸਾਨੂੰ ਕਰਕੇ ਕਹਿ ਰਿਹਾ ਕਿ ਲੱਖੇ ਸਿਧਾਣੇ ਦੇ ਜਿਹੜੇ ਬੰਦੇ ਆ ਤੇ ਲੱਖਾ ਸਿਧਾਣਾ ਬਹੁਤ ਜ਼ਿਆਦਾ ਭੜਕਿਆ ਹੋਇਆ ਉਹਨਾਂ ਨਾਲ ਤੁਸੀਂ ਗੱਲ ਕਰੋ ਅਸੀਂ ਚੱਲ ਗੱਲ ਕੀਤੀ ਉਹ ਬੰਦਿਆਂ ਨੇ ਸਾਨੂੰ ਕਿਹਾ ਕਿ ਲੱਖੇ ਵੱਲੋਂ ਅਸੀਂ ਗੱਲ ਕਰ ਰਹੇ ਹਾਂ ਗਾਣਾ ਡਿਲੀਟ ਕਰ ਦੋ ਕੱਲ ਨੂੰ ਕੋਈ ਉਨੀ ਕੀ ਗੱਲ ਹੋਗੀ ਸਾਨੂੰ ਨਾ ਕਿਉ ਅਸੀਂ ਚਲ ਥੋੜਾ ਅਵੋਇਡ ਕੀਤਾ ਹਨਾ ਵੀ ਇਦਾਂ ਦੇ ਬੋਲਦੇ ਰਹਿੰਦੇ ਆ ਫਿਰ ਪਰਸੋ ਸਾਨੂੰ ਫੇਰ ਫੋਨ ਆਇਆ ਕਹਿੰਦੇ ਹੁਣ ਤੁਹਾਨੂੰ ਗੱਲ ਕਰਨੀ ਪੈਣੀ ਲੱਖੇ ਸਿਧਾਣੇ ਨਾਲ ਕਿ ਉਹ ਗਰਮ ਬਹੁਤ ਜ਼ਿਆਦਾ ਹੋ ਗਿਆ ਉਹਨੇ ਕੋਈ ਐਕਸ਼ਨ ਲੈ ਲੈਣਾ ਠੀਕ ਹੈ ਉਸ ਤੋਂ ਬਾਅਦ ਅਸੀਂ ਚਲ ਕਾਨਫਰੈਂਸ WhatsApp ਤੇ ਕਾਨਫਰੈਂਸ 'ਚ ਗੱਲ ਕੀਤੀ ਤੇ ਉਹ ਕਹਿੰਦਾ ਹਾਂ ਫਿਰ ਕਰੋ ਗਾਣਾ ਡਿਲੀਟਾ ਸੀ ਗਿਆ ਐਦਾਂ ਗਾਣਾ ਸੀ ਕਿਦਾਂ ਡਿਲੀਟ ਕਰ ਦਈਏ ਉਹ ਕਹਿੰਦਾ ਚਲ ਠੀਕ ਆ ਫਿਰ ਸਾਡੇ ਚ ਦਮ ਹੈਗਾ ਅਸੀਂ ਕਰਾ ਲਾਂਗੇ ਇੱਕ ਉਹਨਾਂ ਨੇ ਸਾਨੂੰ ਧਮਕੀ ਦਿੱਤੀ ਪਰਸੂ ਸਾਨੂੰ ਧਮਕੀ ਦਿੱਤੀ ਤੇ ਕੱਲ ਸਾਡੇ ਘਰੇ 16 17 ਜਣੇ ਆ ਜਾਂਦੇ ਆ ਤੇ ਸਿੱਧਾ ਅੰਦਰ ਆ ਜਾਂਦੇ ਆ ਚਲੋ ਕੋਈ ਆ ਗਿਆ ਵੈਲਕਮ ਠੀਕ ਹੈ ਬੈਠੇ ਗੱਲਾਂ ਬਾਤਾਂ ਉਹ ਕਰਨ ਲੱਗੀ ਗੱਲਾਂ ਬਾਤਾਂ ਤੋਂ ਬਾਅਦ ਨਾ ਉਹ ਇੱਕੋ ਦਮ ਨਾ ਗਰਮ ਹੋ ਕੇ ਗਾਲਾਂ ਕੱਢਣ ਲੱਗੇ ਹੁਣ ਕੋਈ ਬੰਦਾ ਤੁਹਾਡੇ ਘਰੇ ਆ ਕੇ ਗਾਲਾਂ ਕੱਢੂਗਾ ਤੇ ਤੁਸੀਂ ਉਹਨੂੰ ਕਹਾਂਗੇ ਵੀ ਘਰੋਂ ਬਾਹਰ ਚਲੇ ਜਾਓ ਅਸੀਂ ਉਹਨਾਂ ਨੂੰ ਘਰੋਂ ਬਾਹਰ ਚਲੇ ਗਏ ਉਹ ਤੋਂ ਬਾਅਦ ਉਹ ਚੌਂਕ ਦੇ ਵਿੱਚ ਖੜ ਕੇ ਸਾਨੂੰ ਗਾਲਾਂ ਕੱਢਣ ਲੱਗੇ ਤੇ ਗਾਲਾਂ ਕੱਢਣ ਤੋਂ ਬਾਅਦ ਫਿਰ WhatsApp ਕਹਿੰਦੇ ਕਹਿੰਦੇ ਗਾਲ ਨਾ ਕੱਢੀ ਤੇ ਇਹਨਾਂ ਨੇ ਸਿਰਫ ਇੰਨੀ ਗੱਲ ਕੀਤੀ ਕਿ ਤੇ ਉਹ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਇਹਨਾਂ ਦੀ ਸਿੱਧੀਆਂ ਗੋਲੀਆਂ ਬਾਰੇ ਪਤਾ ਨਹੀਂ ਕੋਈ ਚੰਗਾ ਘਰਮ ਅੱਗੇ ਆ ਗਿਆ ਸਾਡੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਕੁਝ ਨਹੀਂ ਹੋਇਆ ਉਹ ਬਚ ਚੁੱਕੇ ਆ ਤੇ ਉਹਨਾਂ ਨੇ ਆਉਂਦੇ ਸੌਰਪ ਤਾਂ ਕੀ ਕਿਹਾ ਲੱਖੇ ਸਿਧਾਨੇ ਵੱਲੋਂ ਅਸੀਂ ਆਏ ਆ ਤੇ ਉਹਨਾਂ ਨੇ ਕਿਹਾ ਵੀ ਜਾ ਕੇ ਗਾਣਾ ਡਿਲੀਟ ਕਰਾ ਕੇ ਆਓ ਇਹ ਗੱਲ ਉਹਨਾਂ ਨੇ ਕਹੀ ਅਸੀਂ ਕਿ ਗਾਣਾ ਤਾਂ ਅਸੀਂ ਡਿਲੀਟ ਕਰ ਨਹੀਂ ਸਕਦੇ ਹਲੇ ਜਦੋਂ ਗਾ ਹੋ ਵੀ ਗਿਆ ਤਾਂ ਤਾਂ ਵੀ ਕਿੰਨਾ ਵਾਇਰਲ ਹੋ ਚੁੱਕਿਆ ਆ ਤੇ ਅਸੀਂ ਕਿਹਾ ਨਹੀਂ ਅਸੀਂ ਕਰ ਸਕਦੇ ਫੇਰ ਉਹ ਬਾਹਰ ਜਾ ਕੇ ਨਾ ਗਾਲੀ ਗਲੋਚ ਕਰਨ ਲੱਗ ਗਏ ਸੀਗੇ ਜਿਸ ਤੋਂ ਬਾਅਦ ਉਹਨਾਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਮੇਰੇ ਪੇਰੈਂਟਸ ਤੇ ਤੁਹਾਨੂੰ ਕੀ ਲੱਗਦਾ ਤੁਹਾਨੂੰ ਜਾਨ ਨੂੰ ਕੋਈ ਖਤਰਾ ਵਗੈਰਾ ਹੈ ਸਰ ਸਾਡੀ ਜਾਨ ਨੂੰ ਖਤਰਾ ਮੇਰੇ ਘਰ ਦੇ ਮਸਾ ਬੱਚੇ ਆ ਮੈਂ ਤੁਹਾਡੇ ਨਾਲ ਗੱਲ ਜ਼ਰੂਰ ਕਰ ਰਹੀ ਹਾਂ ਪਰ ਜਿਹੜਾ ਸੀਨ ਅਸੀਂ ਦੇਖਿਆ ਉਹ ਸਾਨੂੰ ਪਤਾ ਆ ਉਹ ਕਿੱਦਾਂ ਬਚੇ ਆ ਇਹ ਨੀਅਰ ਗੋਲੀਆਂ ਉਹਨਾਂ ਨੇ ਮਾਰੀਆਂ ਉਹ ਮਸਾ ਬਚੇ ਪਤਾ ਨਹੀਂ ਕਿੱਦਾਂ ਤੁਹਾਨੂੰ ਦੱਸ ਨਹੀਂ ਸਕਦੀ ਸਾਰਿਆਂ ਨੇ ਦੇਖਿਆ ਉੱਥੇ ਖੜਕੇ ਸਰ ਜਿਹੜਾ ਬੰਦਾ ਦੋ ਲੈ ਕੇ ਆਏ ਸੀਗੇ ਤਾਂ ਉਹ ਘਰ ਦੇ ਕਹਿੰਦੇ ਆ ਕਿ ਉਹ ਕਿਸੀ ਰਾਤ ਮਾਠਕੁੜੀ ਇੱਕ ਗੋਲੀ ਚੱਲੀ ਆ ਕਹਿੰਦੇ ਤੇ ਸੋਨੀ ਮਾਵਾ ਨੇ ਗਏ ਕਿ ਨਾਲ ਰੋਬ ਲੈ ਕੇ ਲੱਖਾਂ ਸਦਾਨ ਰਹੇ ਤੇ ਹਮਲਾ ਕਰਿਆ ਕੀ ਮਾਮਲਾ ਕੀ ਤਰ੍ਹਾਂ ਦਾ ਜਿਹੜੇ ਮਾਮਲੇ ਸ਼ਮੀ ਪੋਣੇ ਪੰਜਵੇਂ ਸਾਨੂੰ ਮੈਸੇਜ ਆਇਆ ਸੀ ਵੀ ਜਿਹੜਾ ਰਣਵੀਰ ਬਾਠ ਹੈ ਮਸਕੋ ਵਿਦ ਨਾਲ ਸੋਨੀ ਮਾਵਾ ਨਾਲ ਗੱਲ ਹੋ ਗਈ ਹੈ ਇਹ ਨਾਲ ਇੰਡੀਆ ਉਹ ਕਹਿੰਦਾ ਮੇਰਾ ਨੈਜੇਮ ਟੁੱਟਾ ਹੈ ਉਦੋਂ ਕਿ ਇਹ ਨੂੰ ਮੈਂ ਵੇਖਿਆ ਨਹੀਂ ਬਟ ਇਹ ਉਹ ਕਹਿੰਦੇ ਰਾਜੇ ਘਰ ਬੰਦੇ ਆਏ ਆ ਜੀ ਖਾਣਾ ਖਾਇਆ ਸੀ ਲੱਖੇ ਸੁਹਾਣੇ ਵਾਸਤੇ ਵੀ ਜਿੱਥੇ ਤੱਕ ਹੋਇਆ ਸੀ ਇਹਨਾਂ ਨੇ ਜਨਮਤਾ ਉਹ ਲੱਖੇ ਸੁਹਾਣੇ ਨੇ ਇਹਨੂੰ ਕਿਹਾ ਵੀ ਤੂੰ ਬਣਾ ਦੇ ਜਿਹੜੇ ਕਰਦੇ ਨਹੀਂ ਕੀਤਾ ਉਹਦੇ ਬੰਦਾ ਕੋਲ ਨੂੰ ਆਉਂਦਾ ਪੀਸ ਉਹਦੇ ਕਰ ਫਾੜਦਾ ਬੰਦੇ ਆਏ ਆ ਫਾਇਜੀ ਤੇ ਜਿੱਤੇ 200 ਦਾ ਪਰਚਾ ਦਿੱਤਾ ਭਾਈ ਨੇ ਲੱਖਾ ਸੁਹਾਣੇ ਤੋਂ ਦੋਸ ਦੇ ਹੋਰ ਤੋਂ ਕੁਝ ਹੋਰ ਬੰਦਾ ਖੜਾ ਟੱਲ ਗਈ ਹਾਂਜੀ 100 ਦਾ ਸਾਂਤ ਹੈ ਪੀਸੀ ਕੀ ਕਰ ਦਿੱਤੀ ਗਈ ਅੱਗੇ ਹੁਣ ਫ੍ਰੀਡ ਕਰ ਰਹੇ ਆ ਜੀ ਤੁਹਾਨੂੰ ਇਹ ਭੱਜੇ ਹੋਏ ਨੇ